एक बार कहना मैं पौड़ियाँ चढ़ गया कला ही, वो चढ़ता गया कहना मैं डिग गया सीधा, कहना यार मेरा सारा सिर पार गया। मतलब कि जिहड़ा कीड़ा है ना कबड्डी का भाई स्पोर्ट्स का, ये नहीं जाता, बंदा मर जाता पर कहने कीड़ा नहीं मरता है। जादू कहते जादू बच्ची दी इंटरव्यू होने लगी है कुदरत चैनल ते। मक्खन भावी नाल ससीगा भाजी ससीगा वीरे यार तुहाडा मैनू नाम नहीं पता गुरविंदर कुदरत वाला वीर आया अपने को गुरप्रीत मैं कहना वीरे इत्थे करो सेट हां जी हां जी वही कहना भी आ बैकग्राउंड आ ले ला ऐसे मंजा हैड है जी मंजा ना मंजा अंदरों काढ लेने हवा चली जांदी है अपन गर्मी लगनी है हां भाई की पा रहे हो हुन ये हुन कमरे बनाउने जी अच्छा हां जी हां जी ये भी अपने भरावां ने सपोर्ट करी है चलो इसे करके तो नाम ये जादू 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 ठीक है। ਜਿਹੜੀ ਇੰਜਰੀ ਸੀ ਬਈ ਕਿੱਥੇ ਸੀ ਮੈਚ ਲੱਗਿਆ ਹੋਇਆ ਕਿਵੇਂ ਹੋਈ ਸੀ ਇਹਦੇ ਬਾਰੇ ਮੈਨੂੰ ਥੋੜਾ ਦੱਸੋ ਜਰੂਰ ਜਿਹੜੀ ਪਹਿਲੀ ਵਾਰ ਲੱਗੀ ਸੀ ਕਰੀ ਅੱਛਾ ਕਿਵੇਂ ਕੀ ਕੀ ਚੱਲ ਰਿਹਾ ਸੀ ਮੈਂ ਕਿਤੇ ਮਰ ਗਈ ਮਾਰਿਆ ਨਹੀਂ ਗਿਆ ਮੈਨੂੰ ਜਦੋਂ ਕੋਈ ਮੈਚ ਦੋਣ ਲੱਗਾ ਪਿੱਛੋਂ ਫੜ ਕੀਤਾ ਕਿਤਾ ਗੋਡਾ ਨਿਕਲ ਗਿਆ ਗੋਡਾ ਨਿਕਲ ਗਿਆ ਲਿਗਾਮੈਂਟ ਜਿਹੜੀ ਉਹ अच्छा लिगामेंट ठीक है ये फायदा है नहीं भाई वो नहीं बच्ची दी होगी बैठांगे आपा के दिन कोई दिक्कत नहीं करांगे वो भी एलईडी हैं करांगे भी करांगे वो हैं ये सारे कोरोना वाले ही है प्लेयर जेडे अपना हां नहीं नहीं कोई नहीं मैं क्या नहीं जीरो तो उठे है भाई सारे बच्ची माड़ा मोटा बापू कि ठीक ठाक सेहत हूं कि पूरा खुश हां ਇਦਾਂ ਹੀ ਤੁਹਾਡੇ ਨਾਲ ਹੀ ਭਰਵਾਉਂਦੇ ਚਲੋ ਬੜੀ ਮਿਹਰਬਾਨੀ ਹੈ ਜੀ ਨਹੀਂ ਨਹੀਂ ਹੋਰ ਆਪਣੇ ਕਿੱਦਾਂ ਕੰਮ ਕਰ ਮੱਝਾਂ ਤਾਂ ਥੋੜੀਆਂ ਹੀ ਹੈਗੀਆਂ ਜਿੱਦਾਂ 10-15 ਹੀ ਹੈਗੀਆਂ ਜਿੱਦਾਂ ਅਜੇ 2 ਸਾਲ ਹੋ ਗਏ ਜਿੱਦਾਂ ਲਿਵੇ ਗੱਲ ਘਟੀ ਹੈ ਚਾਹ ਪਾਣੀ ਬਾਕੀ ਨਾ ਥੋੜ੍ਹਾ ਜਿਹਾ ਇਹਦੇ 'ਤੇ ਜ਼ੋਰ ਰੱਖਿਆ ਕਰ ਪ੍ਰੈਸ਼ਰ ਆਪਣਾ ਉਹ ਤਾਂ ਰੱਖੀਦਾ ਹੁਣ ਪ੍ਰੈਸ਼ਰ ਖੈਰ ਆਪ ਵੀ ਹੁਣ ਚੱਲੀ ਜਾਂਦਾ ਥੋੜ੍ਹਾ ਜਿਹਾ ਇਹਦਾ ਭੈਣਾਂ ਭਰਾਵਾਂ ਨੇ ਹੌਸਲਾ ਦਿੱਤਾ ਹੈ ਹਾਂਜੀ ਹਾਂਜੀ ਬਾਕੀ ਦੇਖੋ ਕਰਨ ਵਾਲਾ ਤਾਂ ਰੱਬ ਹੀ ਹੁੰਦਾ ਹੈ ਨਹੀਂ ਨਹੀਂ ਹੋ ਜਾਣਾ ਬਾਪੂ ਸੱਟ ਹੁਣ ਮੈਂ ਵੀ ਉੱਤੇ ਆਸ ਛੱਡੀ ਹੈ ਵੀ ਅੱਗੇ ਤਾਂ ਬਥੇਰਾ ਕੁਛ
ਜੋਰ ਤੇ ਬਥੇਰਾ ਲਾਇਆ ਅੱਗੇ ਵੀ ਹੁਣ ਰੱਬ ਦੇ ਭਰੋਸਾ ਛੱਡਿਆ ਹੈ ਕਿਸੇ ਨਾ ਕਿਸੇ ਪਾਸੇ ਲਾਊਗਾ ਹੁਣ ਮੇਰੇ ਤੇ ਹੈਗੀ ਯਕੀਨ ਹੈਗਾ ਰੱਬ ਦੇ ਤਾਂ ਨਹੀਂ ਕੋਈ ਗੱਲ ਨਹੀਂ ਹੋਏ ਨਾ ਬਾਕੀ ਚਲੋ ਤੁਹਾਡੇ ਵਰਗੇ ਭਰਾਵਾਂ ਦੀ ਹੈਗੀ ਹੈ ਨਹੀਂ ਨਹੀਂ ਆਪਾਂ ਤਾਂ ਨਾਲ ਆ ਬਾਪੂ ਹਮੇਸ਼ਾ ਕਿਉਂ ਮੈਂ ਤੇ ਅਸੀਂ ਬਾਹਲੇ ਕਮਜ਼ੋਰ ਤੇ ਹੋਏ ਸੀ ਇੰਨੀ ਕਿ ਆਪਾਂ ਖਾਗ ਵੀ ਨਹੀਂ ਸੀ ਦੇ ਸਕਦੇ ਹੁੰਦੀ ਨਹੀਂ ਸੀਗੀ ਪਹਿਲਾਂ ਵੀ ਇੱਦਾਂ ਹੀ ਫੜ ਫੜ ਕੇ ਕਿਸੇ ਤੋਂ ਚਲੋ ਇਹਨੂੰ ਕਰਦੇ ਸੀਗੇ ਜੇ ਨਾ ਕਰਾਇਆ ਤਾਂ ਵੀ ਇੱਦਾਂ ਜਦੋਂ ਭੈਣ ਭਰਾ ਦਾ ਫੜ ਗਏ ਆਧਾਰ ਸੁਧਾਰ ਕਰ ਗਏ ਅਤੇ ਇੱਦਾਂ ਚਲੋ ਵਿੱਚ ਬਾਰੇ ਕੋਈ ਭੈਣ ਭਰਾ ਥੋੜ੍ਹੀ ਵਾਰੀ ਮਦਦ ਕਰਦੇ ਸੀਗੇ ਤੁਹਾਨੂੰ ਪਤਾ ਜਦੋਂ ਬੰਦਾ ਡਿੱਗ ਜਾਂਦਾ ਤਾਂ ਫਿਰ ਲੋਕ ਦੇਖਦੇ ਵੀ ਘੱਟ ਕੋਈ ਹੁੰਦਾ ਸੋ ਇੱਦਾਂ ਦੀ ਨਹੀਂ ਗੱਲ ਕੋਈ ਸਾਰੇ ਇੱਕੋ ਜਿਹੇ ਤਾਂ ਨਹੀਂ ਹੈਗੇ ਚਲੋ ਕਈ ਬੰਦੇ ਇੱਦਾਂ ਦੇ ਹੈਗੇ ਆ ਵੀ ਜਾਣਦੇ ਸਾਰਾ ਕੁਛ ਡਿੱਗਾ ਬੰਦਾ ਜਾਂ ਥੱਲੇ ਆਇਆ ਬੰਦਾ ਵੀ ਟਾਈਮ ਤਾਂ ਲੱਗਦਾ ਹੈ ਉੱਠਣ ਨੂੰ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਸ਼ੌਂਕ ਤਾਂ ਬੜਾ ਸੀਗਾ ਬੜਾ ਸ਼ੌਂਕ ਸੀ ਪਰ ਨਹੀਂ ਦੋ ਤਿੰਨ ਸਾਲ ਹੋ ਗਏ ਜਦੋਂ ਸੱਟਾਂ ਪੇਟਾਂ ਲੱਗ ਗਈ ਲੱਗਣ ਵਿੱਚ ਹੋਰ ਹੋ ਗਿਆ ਤੇ ਦਿਲ ਟੁੱਟ ਗਿਆ ਫੋਟੋ ਖਿਚਾਉਣੀ ਕਿ ਵੀਡੀਓ ਬਣਾਉਣੀ ਹੈ ਵੀਡੀਓ ਬਣਾਉਣੀ ਹੈ ਨਾਮ ਕੀ ਤੇਰਾ ਸ਼ੰਮੀ ਕਹੋਗੇ ਤੇਰੇ ਚਾਚੇ ਦੀ ਇੰਟਰਵਿਊ ਹੋਣ ਲੱਗੀ ਉੱਧਰ ਦੇਖ ਓਏ ਕੈਮਰੇ ਵਾਲੇ ਆਏ ਕਬੱਡੀ ਦਾ ਉਹ ਚੜ੍ਹਦਾ ਸੂਰਜ ਸੀ ਕਹਿੰਦੇ ਇੱਕ ਵਾਰ ਤਾਂ ਏਰੀਏ ਦੇ ਵਿੱਚ ਬੱਲੇ ਬੱਲੇ ਹੋ ਗਈ ਬਹਿਜਾ ਬਹਿਜਾ ਕਰਾ ਦੀ ਸੀ ਉਸ ਖਿਡਾਰੀ ਪਰ ਰੱਬ ਦੀ ਐਸੀ ਮਾਰ ਪਈ ਐਸਾ ਗਿਰਾਵਟ ਆਇਆ ਉਹ ਸ਼ਾਹੀ ਦੌਰ ਵੇਖਿਆ ਸੀਗਾ ਕਿ ਜਦ ਹਰ ਇੱਕ ਮੈਚ ਦੇ ਵਿੱਚ ਬੰਦਾ ਆ ਆ ਕੇ ਕੋਈ ਯਾਦ ਕਿਤੇ ਨਹੀਂ ਕੀਤਾ ਬਾਈ ਬੱਚੀ ਮੇਰੇ ਨਾਲ ਹੈ ਭੈਣ ਮੇਰੇ ਨਾਲ ਬੈਠੀ ਹੈ ਬੱਚੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਵੇਂ ਗੁੱਡ ਹੁਣ ਅੰਦਾਜ਼ਾ ਲਾਈਏ ਢਾਈ ਕਹਿੰਦਾ ਢਾਈ ਕਹਿੰਦਾ ਪਹਿਲਾਂ ਸਭ ਤੋਂ ਪਹਿਲਾਂ ਆ ਪਾਇਆ ਸੀਗਾ ਆ ਪਾਇਆ ਸੀ ਅੱਛਾ ਆਹ ਰੁਕੇ ਆਹ ਉਹ ਇੱਕ ਆ ਕਰ ਕਿਤੇ ਹੋ ਗਈ ਮਾਰੇ ਇਹ ਉਹ ਕ੍ਰਿਸ਼ ਵਾਲਾ ਜਾਦੂ ਕਿਊਟ ਬੱਚਾ ਕਿਊਟ ਬੱਚਾ ਵਾਲੀਆਂ ਤੁਸੀਂ ਨਾ ਕਿੱਦਾਂ ਆਪਣੇ ਕਰਦੇ ਹੁੰਦੇ ਆ ਚੇਂਜ ਕਿੰਨੇ ਸਾਲਾਂ ਬਾਅਦ ਕਰਦੇ ਹੁੰਦੇ ਉੱਦਾਂ ਤਾਂ ਜਿੱਦਾਂ ਹੁਣ ਤਰਪਾਲ ਪਾਈ ਹੈ ਅਤੇ ਬਚਿਆ ਪਿਆ ਜੇ ਤਰਪਾਲ ਨਹੀਂ ਹੁੰਦੀ ਤਾਂ ਸਾਲ ਬਾਅਦ ਕਰਨੀ ਪੈ ਜਾਂਦੀ ਹੈ ਜੇ ਕੱਚੀ ਸਲਵਾੜ ਵੱਢ ਕੇ ਪਾਈ ਸੀਗੀ ਉਹ ਜਿੱਦਾਂ ਵੀ ਪਾਣੀ ਨਹੀਂ ਕੱਢਿਆ ਵੀ ਪਾਣੀ ਵਿੱਚ ਪਹੁੰਚਾਉਂਦਾ ਸੀਗਾ ਅਤੇ ਅਸੀਂ ਉੱਥੇ ਤਰਪਾਲ ਪਾਈ ਲਿਆ ਤਿੰਨ ਸਾਲ ਹੋ ਗਏ ਬੀਤੇ ਸਾਲ ਦੇ ਸਾਲ ਹਰ ਸਾਲ ਤਰਪਾਲ ਪਾਉਣੀ ਪੈਂਦੀ ਜਿੱਦਾਂ ਕਿ ਉਹਦੀ ਹਵਾ ਹੂਵਾ ਵੀ ਆਉਂਦੀ ਹੈ ਉੱਡ ਜਾਂਦੀ ਫਿਰ ਅਤੇ ਉਹ ਪਾੜ ਪੂੜ ਜਾਂਦੀ ਹੈ ਮੁੜ ਕੇ ਫਿਰ ਦੁਬਾਰਾ ਫਿਰ ਲਿਆ ਕੇ ਸਾਲ ਬਾਅਦ ਪਾਣੀ ਪੈ ਟਾਈਮ ਪਾਸ ਕਰੀ ਜਾਂਦੇ ਹੋਰ ਉਹ ਤਾਂ ਦਿਸਦਾ ਹੀ ਪਿਆ ਵਾ ਹਾਂਜੀ ਹਾਂਜੀ ਟਾਈਮ ਨੂੰ ਧੱਕਾ ਦੇਈ ਜਾਂਦੇ ਆ ਇਹ ਆਮ ਹੀ ਆ ਪਰਾਲੀ ਜਿਹੜੀ ਹੁੰਦੀ ਝੋਨੇ ਦੀ ਨਹੀਂ ਇਹ ਸਲਵਾੜ ਹੈਗਾ ਸਲਵਾੜ ਸਲਵਾੜ ਹੈ ਪਰਾਲੀ ਤਾਂ ਜਿੱਦਾਂ ਵੀ ਛਿਆਂ ਮਹੀਨਿਆਂ 'ਚ ਹੀ ਗਲ ਜਾਂਦੀ ਉਹ ਦਿਨ ਕਹਿ ਦਿੰਦੀ ਪਰਾਲੀ ਇੱਧਰ ਪਾਈ ਸੀ ਰਸੋਈ ਦੇ ਆ ਕੇ ਗਲ ਗੁਲ ਗਈ ਫਿਰ ਅਤੇ ਤਰਪਾਲ ਪਾਈ ਦੀ ਲਿਆ ਹਾਂਜੀ ਫਿਰ ਵੀ ਮੀਂਹ ਕਣੀ ਵਿੱਚ ਫਿਰ ਪਾਣੀ ਪੂਣੀ ਪੈ ਜਾਂਦਾ